ਸਤਿਗੁਰ ਜੀ ਸਾਰਿਆਂ ਨੂੰ ਸੋਨ ਰਾਹ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਇਟਲੀ ਦੇ ਵਿੱਚ ਕੱਚੇ ਬੰਦਿਆਂ ਨੂੰ ਪੱਕੇ ਕਰਨ ਦੇ ਲਈ ਸਰਕਾਰ ਵੱਲੋਂ ਕੋਈ ਵੀ ਆਫੀਸ਼ੀਅਲ ਅਪਡੇਟ ਨਹੀਂ ਆ ਰਿਹਾ ਜੇਕਰ ਆਇਆ ਤਾਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਇਟਲੀ ਦੇ ਰੋਵੀਗੋ ਏਰੀਏ ਦੇ ਵਿੱਚ ਪਹੁੰਚਾਲਾ 4.252 ਦਾ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਜਾਨ ਮਾਲ ਦਾ ਨੁਕਸਾਨ ਦੀ ਰਿਪੋਰਟ ਜਿਹੜੀ ਸਾਹਮਣੇ ਨਹੀਂ ਆਈ ਤੇ ਜਿਸ ਏਰੀਏ ਦੇ ਵਿੱਚ ਪਹਚਾਲ ਆਇਆ ਉਸ ਏਰੀਏ ਨੂੰ ਪਹਚਾਲ ਦੇ ਲਈ ਅਸੀਂ ਮੀਡੀਅਮ ਖਤਰਾ ਮੰਨਿਆ ਜਾਂਦਾ 2012 ਦੇ ਵਿੱਚ ਜੇ ਅਸੀਂ ਗੱਲ ਕਰੀਏ 2012 ਦੇ ਵਿੱਚ ਇਟਲੀ 'ਚ ਜਦੋਂ ਪਹਚਾਲ ਮਈ ਜੂਨ ਦੇ ਅਮ ਮਹੀਨੇ ਦੇ ਵਿੱਚ ਆਇਆ ਉਹ ਇਮੀਲੀਆ ਰូមਾਨੀਆ ਦੇ ਵਿੱਚ ਆ ਸੀ ਜਿੱਥੇ 26 ਬੰਦਿਆਂ ਦੀ ਮੌਤ ਹੋਈ ਸੀ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਸੀ ਇਸ ਤੋਂ ਪਹਿਲਾਂ 17 ਜੁਲਾਈ 2011 ਦੇ ਵਿੱਚ 20 ਪਹਹਾੜ ਆਏ ਸੀ ਜੋ ਕਿ 4.5 ਮਹੀਨਿਆਂ ਤੋਂ ਦਾ ਹੀ ਜਿੰਨਾ ਅੱਜ ਆਇਆ ਇਸ ਏਰੀਆ ਦੇ ਵਿੱਚ ਇਟਲੀ ਦੇ ਕਾਫੀ ਜਿਹੜੇ ਏਰੀਏ ਨੇ ਇਹਨਾਂ ਦੇ ਵਿੱਚ ਪਹਹਾੜ ਲਗਾਤਾਰ ਆਂਦੇ ਜਾ ਰਹੇ ਨੇ ਲਾਸਟਲੀ 2-3 ਸਾਲਾਂ ਤੋਂ ਇਟਲੀ ਦੇ ਵਿੱਚ ਪਹਹਾੜ ਕਾਫੀ ਜਿਹੜੇ ਆ ਆਰ ਇਟਲੀ ਦੇ ਵਿੱਚ ਮੌਸਮ ਇੱਕ ਵਾਰ ਫਿਰ ਖਰਾਬ ਕੱਲ 29 ਅਕਤੂਬਰ ਨੂੰ ਇਟਲੀ ਦੇ ਵਿੱਚ ਕਾਫੀ ਪਾਸੇ ਜਿਹੜਾ ਮੌਸਮ ਖਰਾਬ ਦੇਖਣ ਨੂੰ ਮਿਲ ਸਕਦਾ ਮੀਂਹ ਨੇਰੀ ਤੂਫਾਨ ਜਿਹੜੀ ਆਉਣ ਦੀ ਪੂਰੀ ਅਸ਼ੰਕਾ ਦੱਸੀ ਜਾ ਰਹੀ ਹੈ ਫਰੋਲੀ ਫਰੋਲੀ ਵਨੇਸਿਆ ਜੂਲਿਆ ਲਿਗੂਰੀਆ ਇਮੀਲੀਆ ਰੋਮਾਨੀਆ ਤੇ ਟਸਕਾਨਾ ਏਰੀਆ ਦੇ ਵਿੱਚ ਜ਼ਿਆਦਾਤਰ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮੌਸਮ ਖਰਾਬ ਹੋਣ ਇਟਲੀ ਦਾ ਜਿਹੜਾ ਬਜਟ 2024 ਦਾ ਇਹਨਾਂ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਸਾਹਮਣੇ ਆ ਰਹੀ ਆ ਦੱਸਿਆ ਜਾ ਰਿਹਾ ਕਿ ਜਿਹੜਾ ਇਟਲੀ ਦਾ ਬਜਟ 2024 ਦਾ ਉਹਦੇ ਵਿੱਚ ਬੱਚਿਆਂ ਦੇ ਲਈ ਜੋ ਖਾਣ ਪੀਣ ਦਾ ਸਮਾਨ ਆ ਉਸ ਦੇ ਉੱਤੇ ਜਿਹੜਾ ਟੈਕਸ ਲੱਗਣਾ 5 ਤੋਂ 10% ਹੋ ਜਾਣਾ ਜੇਕਰ ਪਹਿਲਾਂ 5% ਲੱਗ ਰਿਹਾ ਸੀ ਤਾਂ ਉਹ 10% ਹੋ ਜਾਣਾ ਪਰ ਜੇ ਅਸੀਂ ਗੱਲ ਕਰਦੀਆਂ ਸਿਜੂ ਲੀਨੋ ਦੀ ਰੇੜੀਆਂ ਦੀ ਗੱਡੀ ਦੇ ਵਿੱਚ ਰੱਖਣ ਵਾਲਾ ਉਹ ਵੇਦਤੋ ਦੀ ਜੇ ਅਸੀਂ ਗੱਲ ਕਰੀਏ ਜਾਂ ਫਿਰ ਜਿਹੜੇ ਬੱਚਿਆਂ ਦੇ ਲਈ ਨੈਪੀਆਂ ਹੁੰਦੀਆਂ ਨੇ ਪੰਨੂ ਲੀਨੀਆਂ ਹੁੰਦੀਆਂ ਨੇ ਇਹਨਾਂ ਦੇ ਉੱਤੇ 22% ਟੈਕਸ ਲੱਗੇਗਾ ਇਸ ਨੂੰ ਲਿਸਟ ਦੇ ਵਿੱਚੋਂ ਕੱਟ ਦਿੱਤਾ ਗਿਆ ਇਸ ਕਰਕੇ ਇਹ ਜਿਹੜਾ ਸਮਾਨ ਆ ਥੋੜਾ ਮਹਿੰਗਾ ਹੋ ਸਕਦਾ ਸਰਕਾਰ ਦਾ ਬਜਟ ਆ ਫਿਲਹਾਲ ਫਾਈਨਲ ਨਹੀਂ ਹੋਇਆ ਇਹਨਾਂ ਨੇ ਇੱਕ ਬਹੁਤ ਸਾਰਾ ਇੱਕ ਰਾਫ ਕਾਪੀ ਤਿਆਰ ਕੀਤੀ ਹੈ ਜਿਹਦੇ ਵਿੱਚ ਹਰ ਰੋਜ਼ ਕੁਛ ਨਾ ਕੁਛ ਇਹ ਨਵਾਂ ਜੋੜਦੇ ਨੇ ਤੋੜਦੇ ਨੇ ਤੇ ਸਰਕਾਰ ਅੱਗੇ ਰੱਖ ਰਹੀ ਹੈ ਤੇ ਇਸੇ ਹੀ ਕਾਨੂੰਨ ਦੇ ਵਿੱਚ ਇੱਕ ਧਾਰਾ ਇਹਨਾਂ ਨੇ ਹੋਰ ਲਿਖੀ ਸਗੀ ਜਿਹਦੇ ਵਿੱਚ ਇਹ ਕਿਹਾ ਗਿਆ ਸਗਾ ਕਿ ਜਿਹੜੇ ਇਟਲੀ ਦੇ ਵਿੱਚ ਬੰਦੇ ਟੈਕਸ ਨਹੀਂ ਤਾਰਦੇ ਸਿਰਫ ਅਤੇ ਸਿਰਫ ਉਹਨਾਂ ਦੇ ਲਈ ਇਟਲੀ ਦੇ ਵਿੱਚ ਜਿਹੜੇ ਬੰਦੇ ਟੈਕਸ ਨਹੀਂ ਤਾਰਦੇ ਜਿਨ੍ਹਾਂ ਦੇ ਸਿਰ ਟੈਕਸ ਨੇ ਉਹ ਕਿਸ ਤਰ੍ਹਾਂ ਕਰ ਕਰਕੇ ਟਾਲੀ ਜਾਂਦੇ ਨੇ ਉਹਨਾਂ ਦੇ ਬੈਂਕਾਂ ਦੇ ਅਕਾਊਂਟਾਂ ਦੇ ਵਿੱਚੋਂ ਡਾਇਰੈਕਟ ਆਟੋਮੈਟਿਕ ਹੀ ਪੈਸੇ ਜਿਹੜੇ ਕੱਟੇ ਜਾਣਗੇ ਜਿਸ ਤਰ੍ਹਾਂ ਕਿ ਜਿਨ੍ਹਾਂ ਦੇ ਪਰਤੀ ਤੇ ਈਵੇ ਨੇ ਉਹਨਾਂ ਨੂੰ ਪਤਾ ਹੋਣਾ ਕਿ ਜਿਹੜਾ ਹਰ ਮਹੀਨੇ ਟੈਕਸਾਂ ਦਾ ਆਟੋਮੈਟਿਕ ਹੋ ਬੈਂਕ ਦੇ ਵਿੱਚੋਂ ਕੱਟ ਹੋ ਜਾਂਦਾ ਇਸੇ ਤਰ੍ਹਾਂ ਜੇਕਰ ਈਵਾ ਬੰਦੇ ਨੇ ਨਹੀਂ ਤਾਰਿਆ ਹੋਵੇ ਜਾਂ ਹੋਰ ਟੈਕਸ ਨਹੀਂ ਤਾਰੇ ਹੁਣ ਤਾਂ ਉਹ ਆਟੋਮੈਟਿਕਲ ਕੱਟ ਹੋ ਸਕਦੇ ਬੈਂਕ ਦੇ ਵਿੱਚੋਂ ਜਿੰਨਾ ਵੀ ਹੈਗਾ ਉਹਨੂੰ ਜ਼ਬਤ ਕੀਤਾ ਜਾ ਸਕਦਾ ਜਿੰਨਾ ਟਾਈਮ ਸਰਕਾਰ ਵੱਲੋਂ ਜਿਹੜਾ ਖਰਚ ਕਰ ਜਾਇਆ ਉਹ ਨਾ ਹੋਵੇ ਪਰ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਗਰਾਂਂਤੇ ਦੇਲਾ ਪ੍ਰਾਈਵੇਸੀ ਪਹਿਲਾਂ ਆਂਦਾ ਹਰ ਇੱਕ ਬੰਦੇ ਦੀ ਪ੍ਰਾਈਵੇਸੀ ਬਹੁਤ ਜ਼ਰੂਰੀ ਹੈ ਇਸ ਕਰਕੇ ਸਰਕਾਰ ਕੱਲੇ-ਕੱਲੇ ਦੇ ਅਕਾਊਂਟ ਦੇ ਵਿੱਚ ਚੈਕਿੰਗਾਂ ਨਹੀਂ ਕਰ ਸਕਦੀ ਸ਼ਾਇਦ ਇਸ ਕਾਨੂੰਨ ਨੂੰ ਬਾਸ ਨਾ ਕੀਤਾ ਜਾਵੇ ਉਸ ਤੋਂ ਬਾਅਦ ਇੱਕ ਗੱਲ ਹੋਰ ਜ਼ਰੂਰੀ ਹੈ ਜੀ ਅੱਜ ਰਾਤ ਨੂੰ ਸਾਵਧਾਨ ਅੱਜ ਰਾਤ ਨੂੰ ਟਾਈਮ ਬਦਲ ਜਾਣਾ ਅੱਜ ਰਾਤ ਨੂੰ ਓਰਾ ਸੋਲਾਰੇ ਜਿਹੜਾ ਸ਼ੁਰੂ ਹੋ ਜਾਣਾ ਹੈ ਜੀ ਇੱਕ ਘੰਟਾ ਤੁਹਾਨੂੰ ਹੁਣ ਸੌਣ ਨੂੰ ਜ਼ਿਆਦਾ ਮਿਲਣਾ ਅੱਜ ਰਾਤ ਨੂੰ ਜਦੋਂ 3:00 ਬਜਣੇ ਆ ਤਾਂ ਸੋਈਆਂ ਜਿਹੜੀਆਂ ਤੁਸੀਂ ਇੱਕ ਘੰਟਾ ਪਿੱਛੇ ਕਰ ਲੈਣੀਆਂ ਇੱਕ ਘੰਟਾ ਪਿੱਛੇ ਕਰ ਲੈਣਾ ਤੁਸੀਂ ਟਾਈਮ ਤੇ ਇਸ ਕਰਕੇ ਚੇਤੇ ਰੱਖਿਓ ਕੜੀਆਂ ਨੂੰ ਪਿੱਛੇ ਕਰਨਾ ਅੱਗੇ ਨਹੀਂ ਕਰਨਾ ਜਿਸ ਦੇ ਨਾਲ ਇਟਲੀ ਦੇ ਵਿੱਚ ਬਹੁਤ ਸਾਰੀ ਜਿਹੜੀ ਆ ਦੁਨੀਆ ਦੇ ਵਿੱਚ ਇਡਲੀ ਦੇ ਵਿੱਚ ਬਹੁਤ ਸਾਰੀ ਬਿਜਲੀ એનર્ਜੀ ਜਿਹੜੀ ਗੈਸ ਇਹ ਸਾਰਿਆਂ ਦੀ ਬਚਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਗੱਲ ਕਰਦੇ ਜੀ ਬੋਨਸ 550 ਰੁਪਏ ਬੋਨਸ ਚਿੰਕੂ ਚਾਹੁੰਦੇ ਚਿੰਕੂ ਹੰਤਾ ਹੈ ਉਹਨਾਂ ਬੰਦਿਆਂ ਦੇ ਲਈ ਜਿਨ੍ਹਾਂ ਨੇ 2020 ਦੇ ਵਿੱਚ ਪਾਰਟ ਟਾਈਮ ਕੰਮ ਕੀਤਾ ਹੋਵੇ ਜੇਕਰ ਬੰਦਿਆਂ ਨੇ ਪਾਰਟ ਟਾਈਮ ਕੰਮ ਕੀਤਾ ਹੋਵੇ ਤੇ ਉਹਨਾਂ ਦਾ ਜਿਹੜਾ ਕੰਮ 7 ਤੋਂ 20 ਹਾਪੀਆਂ ਦੇ ਵਿੱਚ ਵਿੱਚ ਹੋਇਆ ਇਸ ਤੋਂ ਵੱਧ ਨਹੀਂ ਹੋਇਆ ਯਾਨੀ ਘੱਟ ਤੋਂ ਘੱਟ 7 ਅਤੇ ਵੱਧ ਤੋਂ ਵੱਧ 20 ਹਫ਼ਤਿਆਂ ਦੇ ਵਿੱਚ ਉਹਨਾਂ ਦਾ ਕੰਮ ਹੋਇਆ ਤਾਂ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਆ ਜਿਹੜਾ 550 ਐਰੋ ਲੈਂਡ ਦੇ ਹੱਕਦਾਰ ਆ ਤੇ ਇਹ ਜਿਹੜਾ ਦਮਾਂਦਾ ਲੈਣ ਦੇ ਲਈ ਜਿਸ ਟਾਈਮ ਐਪਲੀਕੇਸ਼ਨ ਦਮਾਂਦਾ ਕਰਨਾ ਉਸ ਟਾਈਮ ਬੰਦਾ ਕੰਮ ਤੇ ਨਹੀਂ ਲੱਗਾ ਹੋਣਾ ਚਾਹੀਦਾ ਤੇ ਨਾ ਹੀ ਬੰਦੇ ਨੂੰ ਦੀਜੋ ਕੁਪੱਥਿਓ ਨੇ ਜਾਂ ਫਿਰ ਨਾਸਪੀ ਜਿਹੜੀ ਹੈ ਲੱਗੀ ਹੋਣੀ ਚਾਹੀਦੀ ਆ ਜੇਕਰ ਤੁਸੀਂ ਦੀਜੋ ਕੋ ਪਤਸਨਦ ਮੰਦਾ ਕਰਨਾ ਤਾਂ 550 ਰੋ ਲੈਣ ਤੋਂ ਬਾਅਦ ਹੀ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਬੈਨੀਫਿਟ ਇਹ ਹੈ ਜੀ ਅੱਜ ਦੀਆਂ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਹੁਣਾਂ ਟਾਈਮ ਆਪਣਾ ਆਪਣੇ ਪਰਿਵਾਰ ਦਾ ਰੱਖਿਓ ਖਿਆਲ ਜੀ ਲਾਸਟ ਖਬਰ ਲਾਸਟ ਖਬਰ ਜੋ ਰੁਕ ਹੀ ਗਈ ਸੀ ਉਹ ਹੈ ਕਿ ਇਟਲੀ ਦੇ ਵਿੱਚ ਰੋਮਾ ਚ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਅੱਜ ਭੀੜ ਇਕੱਠੀ ਹੋਈ ਹੈ ਤਕਰੀਬਨ 15000 ਬੰਦਿਆਂ ਦੀ ਸਿਰਫ ਇਟਲੀ ਦੇ ਰੋਮਾ ਸ਼ਹਿਰ ਦੇ ਵਿੱਚ ਨਹੀਂ ਰੋਮਾ ਨਾਪਲੀ ਬੱਕਰੇ ਬੱਕਰੇ ਜਗ੍ਹਾ ਦੇ ਵਿੱਚ ਇਹ ਇਸ ਕਰਕੇ ਹੋਇਆ ਜੀ ਸਾਰੇ ਜਿਹੜੇ ਪਾਲਿਸਤਿਨੀ ਪਾਲਿਸਤਿਨੀਜ਼ ਆ ਰੈਡੀ ਆ ਉਹਨਾਂ ਦੇ ਨਾਲ ਪਾਲੇਸਟੀਨਾ ਜੇਕਰ ਅਸੀਂ ਕਰੀਏ ਉਹ ਕਹਿ ਰਹੇ ਨੇ ਕਿ ਅਸੀਂ ਇਹਨਾਂ ਦੇ ਨਾਲ ਆ ਇਜ਼ਰਾਈਲ ਇੱਕ ਬਹੁਤ ਹੀ ਡਿਕਟੇਟਰਸ਼ਿਪ ਦੀ ਤਰ੍ਹਾਂ ਦੇਸ਼ ਜਿਹੜਾ ਦਿਸਦਾ ਜਾ ਰਿਹਾ ਜੀ ਕਿਉਂਕਿ ਇਸ ਟਾਈਮ ਜੋ ਲੜਾਈ ਲੱਗੀ ਹੋਈ ਹੈ ਜਿਹੜੀ ਜੰਗ ਛਿੜੀ ਹੋਈ ਹੈ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 7 7.5 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਫਟੜ ਹੋ ਗਏ ਨੇ ਇਹਨਾਂ ਦੇ ਵਿੱਚ ਬੱਚੇ ਬਜ਼ੁਰਗ ਔਰਤਾਂ ਹਰ ਇੱਕ ਸ਼ਾਮਿਲ ਹੈ ਜੀ ਮਿਲਦੇ ਹਾਂ ਜੀ ਅਗਲੇ ਅਪਡੇਟ ਦੇ ਵਿੱਚ ਨਾ ਟਾਈਮ ਆਪਣਾ ਆਪਣੇ ਘਰ ਪਰਵਾਸ ਦਾ ਰੱਖਿਓ ਖਿਆਲ ਜੀ ਸੋ ਰਹੀ ਏਡਾ ਦਿਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ